ਹਾਂਜੀ ਮਨਜੀਤ ਸਿੰਘ ਜੀ, ਤੁਹਾਡਾ ਜਿਹੜਾ ਦੂਰਬੀਨ ਗੈਸਟ੍ਰਿਕ ਬਾਈਪਾਸ ਕੀਤਾ ਸੀ, ਇਹ ਕਦੋਂ ਹੋ ਗਿਆ, ਕਿੰਨੀ ਦੇਰ ਹੋ ਚੁੱਕੀ ਆ? 3 ਸਾਲ ਹੋ ਗਏ। 3 ਸਾਲ ਹੋ ਚੁੱਕੇ ਆ। ਹਾਂਜੀ। ਕਿੰਨਾ ਭਾਰ ਸੀ ਪਹਿਲਾਂ ਤੁਹਾਡਾ? 1 ਕੁਇੰਟਲ 16 ਕਿਲੋ। 116 ਕਿਲੋ। ਹਾਂਜੀ। ਹੁਣ ਕਿੰਨਾ ਹੈਗਾ? ਹੁਣ 82 ਕਿਲੋ। 82 ਕਿਲੋ। ਹਾਂਜੀ। ਅੱਛਾ, ਇਹ ਜਿਹੜਾ 82 ਕਿਲੋ ਭਾਰ ਆ, ਇਹ ਕਦੋਂ ਤੋਂ ਹੈਗਾ ਇਸ ਤਰ੍ਹਾਂ? ਹੁਣ ਕਿੰਨੇ ਸਾਲ ਹੋ ਚੁੱਕੇ? ਤੁਸੀਂ 2009 'ਚ ਵੀ ਮੇਰੇ ਖਿਆਲ ਤੁਹਾਡਾ 82 ਕਿਲੋ ਲਿਖਿਆ ਹੋਇਆ। ਨਹੀਂ, 2.5 ਸਾਲ ਹੀ ਹੋ ਗਏ। 2.5 ਸਾਲ ਤੋਂ ਉੱਥੇ ਹੀ ਖੜਾ ਹੈ। ਹਾਂਜੀ। ਹੁਣ ਹੋਰ ਘੱਟ ਵੀ ਨਹੀਂ ਰਿਹਾ ਅਤੇ ਵਧਿਆ ਵੀ ਨਹੀਂ ਹੈ? ਨਹੀਂ। ਅੱਛਾ, ਅਤੇ ਮਤਲਬ ਤਕਰੀਬਨ ਕਿੰਨਾ ਹੋ ਗਿਆ, 35 ਕਿਲੋ ਭਾਰ ਘੱਟ ਗਿਆ ਤੁਹਾਡਾ ਆਪਰੇਸ਼ਨ ਤੋਂ ਬਾਅਦ? ਹਾਂਜੀ। ਅਤੇ ਉਸ ਤੋਂ ਬਾਅਦ ਫਿਰ ਵਧਿਆ ਵੀ ਨਹੀਂ ਹੈਗਾ? ਨਹੀਂ ਜੀ। ਅਤੇ ਹੁਣ ਤੁਸੀਂ ਰੋਟੀ ਕਿੰਨੀ ਖਾ ਲੈਂਦੇ ਹੋ ਇੱਕ ਟਾਈਮ 'ਤੇ? ਰੋਟੀ 2 ਫੁਲਕੇ ਖਾ ਲੈਂਦੇ। 2 ਫੁਲਕਿਆਂ ਨਾਲ ਪੇਟ ਪੂਰਾ ਭਰ ਜਾਂਦਾ? ਭਰ ਜਾਂਦਾ। ਇੱਕ ਕਪੈਸਿਟੀ ਤੁਹਾਡੀ ਪਿਛਲੇ 2 ਸਾਲ ਤੋਂ 2 ਫੁਲਕਿਆਂ ਦੀ ਹੋਈ ਹੈ? 2 ਸਾਲ ਪਹਿਲਾਂ ਵੀ 2 ਫੁਲਕੇ ਖਾ ਲੈਂਦੇ ਸੀ? ਹਾਂਜੀ ਹਾਂਜੀ। ਪਰ ਜਦੋਂ ਆਪਰੇਸ਼ਨ ਹੋਇਆ ਸੀ ਉਸ ਤੋਂ ਤੁਰੰਤ ਬਾਅਦ ਤਾਂ ਨਹੀਂ 2 ਫੁਲਕੇ ਖਾਂਦੇ ਸੀ? ਨਹੀਂ, 2 ਮਹੀਨੇ ਜੀ। ਅੱਛਾ, ਅਤੇ ਜਿਹੜਾ ਤੁਹਾਡਾ ਕੈਲਸ਼ੀਅਮ ਆਇਰਨ ਵਗੈਰਾ ਹੈਗਾ, ਇਹ ਖਾਂਦੇ ਰਹਿੰਦੇ ਹੋ? ਵਾਈਟਮਿਨ, ਕੈਲਸ਼ੀਅਮ, ਆਇਰਨ? ਬਿਲਕੁਲ ਸਰ, ਖਾਂਦੇ। ਇਹ ਬਹੁਤ ਰੈਗੂਲਰ ਰਹਿਣਾ ਤੁਸੀਂ, ਕਿਉਂਕਿ ਜੇ ਤੁਸੀਂ ਬੰਦ ਕਰੋਗੇ ਤਾਂ ਫਿਰ ਇਹ ਘੱਟ ਜਾਊਗਾ। ਅਤੇ ਸਾਲ 'ਚ ਇੱਕ ਵਾਰ ਟੈਸਟ ਜ਼ਰੂਰ ਕਰਾਉਣਾ, ਅਤੇ ਸਾਨੂੰ ਚੈੱਕ ਕਰਾਉਂਦੇ ਰਹਿਣਾ ਤੁਸੀਂ, ਠੀਕ ਹੈ? ਕੋਈ ਵੀ ਪ੍ਰੋਬਲਮ ਹੋਵੇ ਤਾਂ ਇਨਫੋਰਮ ਕਰਨਾ ਹੈਗਾ। ਅਤੇ ਵੈਸੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਵੀ ਪਹਿਲਾਂ ਦਾ ਅਤੇ ਹੁਣ ਦਾ ਕੀ ਫਰਕ ਹੈ ਤੁਹਾਡਾ? ਬਹੁਤ ਵਧੀਆ ਜੀ, ਸ਼ੂਗਰ ਵੀ ਬਿਲਕੁਲ ਮਿਲ ਰਿਹਾ। ਸ਼ੂਗਰ ਵੀ ਠੀਕ ਹੈ? ਪਹਿਲਾਂ ਸ਼ੂਗਰ ਵੀ ਸੀਗੀ ਤੁਹਾਨੂੰ? ਠੀਕ ਹੈ ਜੀ। ਅੱਛਾ, ਬੀਪੀ ਵੀ ਠੀਕ ਰਹਿੰਦਾ ਜੀ। ਅੱਛਾ, ਸ਼ੂਗਰ ਕਦੇ ਵੀ ਨਹੀਂ ਵਧੀ ਹੁਣ? ਨਾ, ਬਿਲਕੁਲ ਨਹੀਂ ਵਧੀ। ਅੱਛਾ, ਕੋਈ ਕਮਜ਼ੋਰੀ ਤਾਂ ਨਹੀਂ ਮਹਿਸੂਸ ਹੁੰਦੀ? ਨਹੀਂ ਜੀ। ਠੀਕ।